ਕਹਤੇ ਥੇ ਜੈਸੇ ਖੇਤੇ ਮੇ ਆਨਾ ਟਿਕਾਣਾ ਜੇ ਬੁਹੀ ਹੈ ਮੇਂ ਟੀ ਵੀ ਕਹਿ ਰਹੀ ਹੈ ਟਿਕਾਣਾ ਜੇ ਬੁਹੀ ਹੈ ਜਹਾਂ ਪਰ ਬੱਚੋਂ ਕੋ ਟਿਕਾਣਾ ਅਗਰ ਘਰ ਕੋ ਲੋਟ ਜਾਣਾ ਟਿਕਾਣਾ ਜੇ ਬੁਹੀ ਹੈ ਕਹਿੰਦੇ ਅੱਜ ਦਿਆ ਸਿੰਘ ਜੀ ਜਾਂਦਾ ਖਾਲਸਾ ਪੰਥ ਨੇ ਸਦਾ ਵਾਸਤੇ ਖਤਮ ਹੋ ਜਾਣਾ ਵਾ ਜਾਂ ਫਿਰ ਸਦਾ ਵਾਸਤੇ ਅਮਰ ਹੋ ਜਾਣਾ ਕੋਈ ਦੁਨੀਆ ਦੀ ਤਾਕਤ ਇਹਨੂੰ ਖਤਮ ਕਰਨ ਵਾਲੀ ਜੰਮੂਗੀ ਨਹੀਂ ਚਮਕੌਰ ਦਾ ਮੈਦਾਨ ਜੈਲੀ ਦੇ ਨਹਰੇ ਨਾਲ ਗੂੰਜ ਉਠਿਆ ਕੱਢਿਆ ਮਿਆਂ ਦੇ ਵਿੱਚ ਖੰਡਾ ਕਲਗੀਧਰ ਮਹਾਰਾਜ ਦੇ 40 ਸਿੰਘਾਂ ਨੂੰ ਲਲਕਾਰ ਕੇ ਕੁਛ ਸ਼ਬਦ ਕਹਿ ਰਿਹਾ ਕੀ ਕਹਿ ਰਿਹਾ ਕਹਿੰਦਾ ਬੋਲੇ ਦਸਵੇਂ ਪਾਤਸ਼ਾਹ ਹੱਥ ਖੰਡਾ ਫੜ ਕੇ 10 ਲੱਖ ਵੈਰੀ ਆ ਗਿਆ ਬਾਦਲ ਤੇ ਚੜ ਕੇ ਓਏ ਅੱਜ ਕੱਲਾ ਕੱਲਾ ਸਵਾ ਲੱਖ ਨਾਲ ਦੇਖੋ ਲੜ ਕੇ ਕਹਿੰਦਾ ਵੈਰੀ ਸੁੱਕਾ ਜਾਏ ਨਾ ਸਿੰਘਾਂ ਨਾਲ ਲੜ ਕੇ ਔਰ ਦੁਸ਼ਮਣੋਂ ਤੇ ਟੁੱਟਪੋ ਹੱਥ ਚੰਡੀ ਫੜ ਕੇ ਕਹਿੰਦਾ ਮੈਂ ਵੇਖਾਂ ਤੁਹਾਡੀ ਵੀਰਤਾ ਬਰਜਾਂ ਤੇ ਚੜਕੇ ਉਹ ਦਿਲਵਰ ਬਾਰਾ ਗਾਏਗਾ ਬਾਗਾਂ ਵਿੱਚ ਖੜਕੇ ਸਭ ਤੋਂ ਪਹਿਲਾਂ 6 ਫੁੱਟ ਦਾ ਕੱਦ ਸ਼ੇਰ ਮੁਹੰਮਦ ਦਾ ਸਗਾ ਭਾਈ ਜਰਨਲ ਨਾਰਖਾਨ ਦੀਨ ਅੱਲਾ ਸਵਾਨ ਅੱਲਾ ਕਾਨ ਅੱਲਾ ਕਹਿ ਕੇ ਜਦੋਂ ਪਾਇਆ ਪੌੜੀ ਦੇ ਡੰਡੇ ਨੂੰ ਹੱਥ ਜਦ 4 ਇੰਚ ਬਣੇ ਉਚਾਇਆ ਕਲਗੀ ਧਰਮਨ ਜ ਆਪ ਬੁਰਜੇ ਦੇ ਵਿੱਚ ਖੜੇ ਆ ਮਾਰਿਆ ਸੂਕ ਦਾ ਤੀਰ ਮੱਥਾ ਪਾੜ ਕੇ ਉਹ ਮਾਰਿਆ ਭਗਾ ਕੇ ਜਦ ਕਲਗੇ ਧਰਮ ਮਹਾਰਾਜ ਦੇ ਬੁਰਜ ਦੇ ਵਿੱਚ ਖੜਿਆ ਦੀ ਹਾਲੇ ਕਲਗੀ ਨਜ਼ਰ ਆਈ ਬਨੇਰੇ ਤੋਂ 4 ਇੰਚ ਥੱਲੇ ਸੀਗਾ ਤਾਂ ਕਲਗੀ ਦੇਖ ਕੇ ਬੇਹੋਸ਼ ਹੋ ਗਿਆ ਦੋ ਜਨਾਂ ਦਾ ਤੀਰ ਖਾ ਕੇ ਡਿੱਗੇ ਸੀ ਇਹ ਬਿਨਾਂ ਤੀਰ ਖਾਦੇ ਹੱਥ ਛੱਡ ਗਿਆ ਤਾਂ ਫਿਰ ਕਲਗੀ ਧਰਮ ਮਹਾਰਾਜ ਕਹਿ ਲਗੇ ਹਿੰਮਤ ਸਿੰਘ ਨੂੰ ਕਹਿੰਦੇ ਕਹਿੰਦੇ ਹਿੰਮਤ ਸਿੰਘ ਜੀ ਤੁਸੀਂ ਇਕੱਲੇ ਨਹੀਂ ਜਾਉਂਗੇ ਸੱਤ ਸਿੰਘ ਤੁਹਾਡੀ ਰੱਖਿਆ ਲਈ ਜਾਣਗੇ ਕਹਿੰਦੇ ਦੁਸ਼ਮਣਾਂ 10 ਲੱਖ ਤੇ ਸਿੰਘ ਨੇ 8 ਤੇ ਕੱਲੇ ਕੱਲੇ ਨੂੰ ਸਵਾ ਸਵਾ ਲੱਖ ਆਉਂਦਾ ਤੇ ਕੱਲ ਕੀ ਧਰਮਾਰੇ ਦਾ ਬਚਨ ਕੀਤਾ ਹੈ ਪੂਰਾ ਹੁੰਦਾ ਵੀ ਸਵਾ ਲੱਖ ਤੇ ਇਹ ਕ ਲੜਾਉ ਚੀੜੀਆਂ ਉਸਮੈਂ ਬਾਜ ਤੜਾਉ ਗਿਦੜੋਂ ਕੋ ਮੈਂ ਸ਼ੇਰ ਬਣਾਉ ਤਵੇ ਗੁਰੂ ਗੋਬਿੰਦ ਸਿੰਘ ਨਾਮ ਕਹਾਉ ਜਦੋਂ 40 ਦੇ ਵਿੱਚੋਂ 17 ਸ਼ਹੀਦ ਹੋਗੇ ਤਾਂ ਕਨਗੀ ਧਰਮਾਰੇ ਦਾ ਵੱਡਾ ਸਹਬ ਜੀ ਦਾ ਬਾਬਾ ਜੀਤ ਸਿੰਘ ਜੀ ਛਾਲ ਮਾਰ ਕੇ ਹਾਜ਼ਰ ਹੁੰਦੇ ਆ ਆਕੇ ਕੀ ਕਹਿੰਦੇ ਪਿਤਾ ਜੀ ਮੈਨੂੰ ਵੀ ਜੰਗ 'ਚ ਜਾਣ ਦੀ ਆਗਿਆ ਦਿਓ ਉਥੇ ਕਲਗੇ ਧਰਮ ਮਹਾਰਾਜ ਜਣੇ ਅਜੀਤ ਸਿੰਘ ਦਾ ਹੱਥ ਫੜ ਕੇ ਸੀਨੇ ਨਾਲ ਲਾ ਕੇ ਕੁਛ ਜਾਣ ਦੀ ਗੱਲਾਂ ਕਹੀਆਂ ਕੀ ਕਿਹਾ ਕਹਿੰਦਾ ਮੇਰੇ ਮੱਖਣਾ ਨਾਲ ਪਾਲਿਆ ਪੁੱਤਰਾ ਓਏ ਅੱਜ ਤੈਨੂੰ ਤੇਗਾਂ ਦੇ ਸਾਹੇ ਚਮਕਾਉਣ ਲੱਗਾ ਕਹਿੰਦਾ ਹੀਰੇ ਲਾਲਾਂ ਤੋਂ ਮਹਿੰਗੇ ਆ ਮੋਤੀ ਓਏ ਅੱਜ ਤੈਨੂੰ ਪਰਬਤਾਂ ਨਾਲ ਟਕਰਾਉਣ ਲੱਗਾ ਉਹ ਹੱਥੀ ਲਾ ਕੇ ਜਿਸਮ ਤੇਰੇ ਦੀ ਚਰਬੀ ਦਾਗ ਪਾਂਥੇ ਦੇ ਸਾਦਾ ਲਈ ਧੌਣ ਲੱਗਾ ਕਹਿੰਦਾ ਰਤ ਚੋਕੇ ਆਪਣੇ ਕਾਲਜੇ ਦੀ ਮੈਂ ਸੁਰਖ ਰੂ ਕਿਸੇ ਤੋਂ ਹੋਣ ਲੱਗਾ ਸਾਰਾ ਗੜੀ ਦੀ جنگ ਹੋਈ ਆ ਵੀ ਜਿਹੜਾ 21 ਬੰਦਿਆਂ ਨੇ 12000 ਫੌਜ ਦੇ ਜਣੇ ਦੇ ਹੱਥ ਖੜੇ ਕਰਾਤੇ ਸੀ ਜੀ 21 ਬੰਦਿਆਂ ਨੇ 21 ਬੰਦਿਆਂ ਨੇ ਜੀ ਫਰਾਂਸ ਦੇ ਸਕੂਲਾਂ ਦੇ ਵਿੱਚ ਸਾਡਾ ਇਤਿਹਾਸ ਪੜਾਇਆ ਜਾਂਦਾ ਆ ਪਰ ਵੱਧ ਕਿਸਮ ਤੇ ਇਹ ਵੀ ਸਾਡੇ ਇੰਡੀਆ ਦੇ ਵਿੱਚ ਜਣੇ ਦੀ ਕਹਿੰਦਾ ਸਾਡੇ ਬੱਚਿਆਂ ਨੂੰ ਇਤਿਹਾਸ ਸਕੂਲਾਂ 'ਚ ਨਹੀਂ ਪੜਾਇਆ ਜਾ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਦੁਨੀਆ ਦੀ ਗੱਲ ਕਰਾਂ ਵਰਲਡ ਦੇ ਵਿੱਚ ਬੜੀਆਂ ਜੰਗਾਂ ਹੋਈਆਂ ਬੜੇ ਸਾਕੇ ਹੋਏ ਨੇ ਪਹਿਲਾਂ ਦੀ ਗੱਲ ਹੈ ਬਹੁਤ ਪੁਰਾਣੀਆਂ ਗੱਲਾਂ ਨੇ ਬਹੁਤ ਵਰਲਡ ਵਾਰਾਂ ਹੋ ਚੁੱਕੀਆਂ ਨੇ ਪਰ ਉਹਨਾਂ ਵਰਲਡ ਵਾਰਾਂ ਤੋਂ ਕਿਤੇ ਗੁਣਾ ਉੱਤੇ ਇੱਕ ਲੜਾਈ ਹੋਈ ਸੀ ਅੱਜ ਦੇ ਦਿਨਾਂ ਦੇ ਵਿੱਚ ਉਸੇ ਚਮਕੌਰ ਦੀ ਗੜੀ ਦੇ ਵਿੱਚ ਜਿਹੜੀ ਲੜਾਈ ਲੜੀ ਗਈ ਸੀ ਉਹ ਲੜਾਈ ਪੰਨਿਆਂ ਦੇ ਵਿੱਚ ਵੇਖਿਆ ਜਾਵੇ ਤਾਂ ਇਤਿਹਾਸਕ ਲੜਾਈ ਸੀ ਬਿਸ਼ੱਕ ਵਰਲਡ ਵਾਰ 1 ਹੋਈ ਵਰਲਡ ਵਾਰ 2 ਹੋਈ ਜਿੰਨੀਆਂ ਲੜਾਈਆਂ ਪਹਿਲਾਂ ਹੋਈਆਂ ਅਟੈਕ ਹੋਏ ਇੱਕ ਕੰਟਰੀ ਦੇ ਦੂਜੀ ਕੰਟਰੀ ਤੇ ਪਰ ਇਹ ਮੰਨਿਆ ਜਾਂਦਾ ਹੈ ਅੱਜ ਵੀ ਲੋਕ ਮੰਨਦੇ ਨੇ ਕਿ ਜਿਹੜੀ ਚਮਕੌਰ ਦੀ ਗੜੀ ਦੇ ਵਿੱਚ ਉਹ ਲੜਾਈ ਹੋਈ ਸੀ ਉਹ ਲੜਾਈ ਸਭ ਤੋਂ ਉੱਤੇ ਸੀ ਅੱਜ ਇਸੇ ਚੀਜ਼ ਦੇ ਉੱਤੇ ਮੈਂ ਗੱਲਬਾਤ ਕਰ ਰਿਹਾ ਹਾਂ ਕਿਉਂਕਿ ਉਹੀ ਦਿਹਾੜੇ ਚੱਲ ਰਹੇ ਨੇ ਉਹੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਚਾਰ ਸੱਜਾ ਦੇ ਸੀ ਉਹ ਸ਼ਹੀਦ ਹੋਏ ਸੀ ਬੜੀ ਵੱਡੀ ਕੁਰਬਾਨੀ ਜਿਹੜੀ ਸੀ ਸਿੱਖ ਕੌਮ ਵਾਸਤੇ ਖਾਲਸਾ ਪੰਥ ਵਾਸਤੇ ਇੱਕ ਕਰਕੇ ਗਏ ਸੀ ਸਾਡੇ ਗੁਰੂ ਪਰ ਲੋਕ ਅੱਜ ਵੀ ਕਿਤੇ ਨਾ ਕਿਤੇ ਉਸ ਚੀਜ਼ ਤੋਂ ਬੜੇ ਅਣਜਾਣ ਨੇ ਬੜੀ ਵੀਡੀਓ ਵਾਇਰਲ ਹੋਈ ਹੈ ਇੱਕ ਚੈਨਲ ਨੇ ਇੱਕ ਵੀਡੀਓ ਕੀਤੀ ਬੜੀ ਵਾਇਰਲ ਹੋਈ ਜਿਸ ਦੇ ਵਿੱਚ ਕੀ ਪੰਜ ਪਿਆਰਿਆਂ ਦੇ ਨਾਂ ਪੁੱਛੇ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਲੋਕਾਂ ਤੋਂ 40 40 ਸਾਲ ਤੋਂ ਉੱਤੇ ਦੀਆਂ ਉਮਰਾਂ ਹੋ ਚੁੱਕੀਆਂ ਨੇ ਉਹਨਾਂ ਤੋਂ ਜਦ ਨਾਂ ਪੁੱਛੇ ਜਾਂਦੇ ਨੇ ਤਾਂ ਨਾਂ ਤੱਕ ਨਹੀਂ ਪਤਾ ਹੁੰਦੇ ਉਹਨਾਂ ਨੂੰ ਪੰਜ ਪਿਆਰਿਆਂ ਦੇ ਪਰ ਫਿਰ ਕਿਹੜੀ ਸਿੱਖੀ ਦੀ ਕਿਹੜੀ ਸਿੱਖ ਕੌਮ ਦੀ ਗੱਲਾਂ ਕਰਦੇ ਆਪਾਂ ਅੱਜ ਬਹੁਤ ਥੋੜੇ ਟਾਈਮ ਦੇ ਵਿੱਚ ਜ਼ਿਆਦਾ ਚੀਜ਼ਾਂ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਪਹਿਲਾਂ ਸਾਕਾ ਜੋ ਉਹ ਹੋਇਆ ਸੀਗਾ ਯਾਨੀ ਕਿ ਚਮਕੌਰ ਦੀ ਗੜੀ ਦੀ ਜਿਹੜੀ ਜੰਗ ਹੋਈ ਸੀ ਉੱਥੋਂ ਸ਼ੁਰੂਆਤ ਕਰੂੰਗਾ ਫਿਰ ਬੇਅਦਬੀਆਂ ਤੱਕ ਵੀ ਆਵਾਂਗੇ ਮੇਰੇ ਨਾਲ ਜਗਜੀਤ ਸਿੰਘ ਜੀ ਨੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਵੀ ਵੀਡੀਓਜ਼ ਇਹਨਾਂ ਨਾਲ ਕਾਫੀ ਕੀਤੀਆਂ ਨੇ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਹੋ ਚੜ੍ਹਦੀ ਕਲਾ ਜੀ ਹਾਂ ਜੀ ਚੜ੍ਹ ਦੁਨੀਆ ਤੇ ਬੜੀਆਂ ਜੰਗਾਂ ਹੋਈਆਂ ਅੰਗਰੇਜ਼ਾਂ ਨੇ ਬੜੀਆਂ ਜੰਗਾਂ ਲੜੀਆਂ ਪੰਜਾਬੀਆਂ ਨੇ ਲੜੀਆਂ ਜਿੱਥੇ ਜਰਮਨ ਦੇ ਵਿੱਚ ਜਾ ਕੇ ਆਪਣੇ ਪੰਜਾਬੀ ਵੀ ਅੱਗੇ ਹੋ ਕੇ ਲੜਦੇ ਰਹੇ ਨੇ 1897 ਦੇ ਵਿੱਚ ਜੀ ਸਾਰਾ ਗੜੀ ਦੀ ਜੰਗ ਹੋਈ ਆ ਵੀ ਜਿਹੜਾ 21 ਬੰਦਿਆਂ ਨੇ 12000 ਫੌਜ ਦੇ ਜਣੇ ਦੇ ਹੱਥ ਖੜੇ ਕਰਾਤੇ ਸੀ ਜੀ 21 ਬੰਦਿਆਂ ਨੇ 21 ਬੰਦਿਆਂ ਨੇ ਜਾਨੇ ਫਰਾਂਸ ਦੇ ਸਕੂਲਾਂ ਦੇ ਵਿੱਚ ਸਾਡਾ ਇਤਿਹਾਸ ਪੜਾਇਆ ਜਾਂਦਾ ਆ ਪਰ ਵੱਧ ਕਿਸਮ ਤੇ ਇਹ ਵੀ ਸਾਡੇ ਇੰਡੀਆ ਦੇ ਵਿੱਚ ਜਾਣੇ ਦੀ ਕਹਿੰਦਾ ਸਾਡੇ ਬੱਚਿਆਂ ਨੂੰ ਇਤਿਹਾਸ ਸਕੂਲਾਂ 'ਚ ਨਹੀਂ ਪੜਾਇਆ ਜਾ ਰਿਹਾ ਜੀ ਅੱਛਾ ਜਿਵੇਂ ਇੱਕ ਲੜਾਈ ਸੀਗੀ ਹਨਾ ਇੱਕ ਸਾਰਾ ਗੜੀ ਦੀ ਜੰਗ ਹੋਈ ਸੀ ਜਿਸ ਤੇ ਫਿਲਮ ਵੀ ਬਣੀ ਹਾਂਜੀ ਹਾਂ ਪਰ ਸਭ ਤੋਂ ਉੱਤੇ ਕਹਿੰਦੇ ਇੱਕ ਜੰਗ ਨੂੰ ਮੰਨਿਆ ਜਾਂਦਾ ਉਹ ਸੀ ਚਮਕੌਰ ਦੀ ਗੜੀ ਦੀ ਜੰਗ ਮੰਨਦੇ ਹੋ ਹਾਂਜੀ ਮੰਨਦੇ ਆ ਜੀ ਕਹਿੰਦੇ ਸਨ 1704 8 ਪੋ 22 ਦਸੰਬਰ ਨੂੰ ਜਦੋਂ ਕਲਗੀਧਰ ਮਹਾਰਾਜ ਜਣੇ ਦੇ 40 ਸਿੰਘ ਤੇ ਦੋ ਵੱਡੇ ਸਹਿਬਜ਼ਾਦੇ ਤੇ 43ਵੇਂ ਆਪ ਜਾਦੇ ਉਸੇ ਕੱਚੀ ਗੜੀ ਦੇ ਵਿੱਚ ਪਹੁੰਚੇ ਆ ਕਹਿੰਦੇ ਨਾਲ ਕੋਈ ਬਹੁਤ ਵੱਡੀ ਫੌਜ ਨਹੀਂ 40 ਸਿੰਘ ਦੋ ਸਹਿਬਜ਼ਾਦੇ ਦੇ 43ਵੇਂ ਆਪ ਕੁੱਲ ਗਿਣਤੀ ਹੈ 43 ਕਹਿੰਦੇ ਦੁਸ਼ਮਣ ਚੜ੍ਹ ਕੇ ਆਇਆ 10 ਲੱਖ ਯਾਨੀ ਜਫਰ ਨਾਮੇ ਦੇ ਵਿੱਚ ਕਲੰਗੀਧਰ ਮਹਾਰਾਜ ਦੇ ਲੇਖੇ ਦੇ ਆ ਕਹਿੰਦੇ 10 ਲੱਖ ਵੈਰੀ ਬੇਖਬਰ ਕਹਿੰਦੇ ਔਰੰਗਜ਼ੇ ਤੈਨੂੰ ਸ਼ਰਮ ਨਹੀਂ ਆਈ 9 ਮਹੀਨੇ ਤੈ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ ਜਾਣੇ ਇੱਕ ਢਕਾ ਤੱਕ ਵੀ ਅੰਦਰ ਨਹੀਂ ਜਾਣ ਦਿੱਤਾ ਜਿਹਦੇ ਵਿੱਚ ਜਾਣਦੇ ਕਹਿੰਦਾ ਮਤਲਬ ਕੋਜੇ ਸਿੰਘ ਮਹਾ ਸਿੰਘ ਦੀ ਕਵਾਈ ਦੇ ਵਿੱਚ ਬੇਦਾਵਾ ਲਿਖ ਕੇ ਚਲੇ ਗਏ ਉਥੇ ਕੀ ਲਿਖਿਆ ਕਹਿੰਦਾ ਇੱਕ ਪਾਸੇ ਗورو ਦੂਜੇ ਖੁਦ ਗਰਜੀ ਕਹਿੰਦਾ ਕੀਤੀ ਮਹਾ ਸਿੰਘ ਉਹਨਾ ਮਨ ਮਰਜੀ ਕਹਿੰਦਾ ਅੱਜ ਦੇ ਘੜੀ ਦਾ ਪਛਤਾਵਾ ਪਾਤਸ਼ਾਹ ਆਲੋ ਫੜੋ ਸਾਡੇ ਕੋਲੋਂ ਬੇਦਾਵਾ ਪਾਤਸ਼ਾਹ ਕਹਿੰਦੇ ਜਾਦੇ ਕਹਿੰਦੇ ਤੇਰੇ ਕਾਜ਼ੀਆਂ ਨੇ ਕੁਰਾਨ ਸ੍ਰੀਫ ਦੀਆਂ ਕਸਮਾਂ ਖਾਧੀਆਂ ਅਸੀਂ ਜਾਣੇ ਦੇ ਕੁਰਾਨ ਦੀ ਕਸਮ ਤੇ ਯਕੀਨ ਕੀਤਾ ਕਹਿੰਦੇ ਤੇਰੇ ਜਾਣੇ ਦੇ 10 ਲੱਖ ਫੌਜ ਜਿਹੜੇ ਤੇਰੇ ਜਰਨਲਾਂ ਨੇ ਕਸਮਾਂ ਦੇ ਪਾਣੀ ਫੇਰਤਾ ਕਹਿੰਦੇ ਜਿੱਥੇ ਜਾਣੇ ਦੇ ਔਰੰਗਜੇਬ ਨੇ ਜਾਣੇ ਦੇ 10 ਲੱਖ ਫੌਜ ਭੇਜੀ ਉਥੇ ਬਾਏ ਧਾਰ ਦੇ ਪਹਾੜੀ ਰਾਜੇ ਵੀ 3 ਲੱਖ ਫੌਜ ਲੈ ਕੇ ਜਾਣੇ ਦੀ ਕਲੰਗੀ ਧਰਮ ਮਹਾਰਾਜ ਨੂੰ ਗ੍ਰਿਫਤਾਰ ਕਰਨ ਦੇ ਲਈ ਚਮਕੌਰ ਦੀ ਗੜੀ ਦੇ ਵਿੱਚ ਹਾਜ਼ਰ ਹੋਏ ਤੇ ਉਥੇ ਜਦੋਂ ਕਲੰਗੀ ਧਰਮ ਮਹਾਰਾਜ ਜਾਣੇ ਦੀ ਗੜੀ ਦੇ ਵਿੱਚ ਪਹੁੰਚੇ ਤੇ ਕਲਰ ਨਾਲ ਖਾਧੀਆਂ ਕਹਿੰਦਾ ਪੁਰਾਣੇ ਵਾਲੇ ਦੇ ਪੁਰਾਣੇ ਸ ਤੇ ਤੀਰੀਆਂ ਦੇ ਛਤ ਤੇ ਕਲੰਗੀ ਧਰਮ ਮਹਾਰਾਜ ਦੇ ਛਾਤੇ ਦੇ ਤੇ ਚੜ ਕੇ ਕਹਦੇ ਪੈ ਹਰਦੀ ਅੱਡੀ ਦੇ ਨਾਲ ਛਤ ਨੂੰ ਦੇਖਦੇ ਆ ਤੇ ਕੰਧ ਕਦੇ ਕੰਧ ਨੂੰ ਦੇਖਦੇ ਆ ਤੇ ਪੰਜਾਂ ਪਿਆਰਿਆਂ ਤੇ ਜਥੇਦਾਰ ਭਾਈ ਸਾਹਿਬ ਭਾਈ ਦਿਆ ਸਿੰਘ ਜੀ ਆ ਕੇ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਪਟਨਾ ਸ਼ਹਿਰ ਦੇ ਸ਼ਾਨਦਾਰ ਗੁਰਦੁਆਰੇ ਆਨੰਦਪੁਰ ਸਾਹਿਬ ਦੇ ਸ਼ਾਨਦਾਰ ਕੇਲੇ ਤੇ ਗੁਰਦੁਆਰੇ ਇਹ ਕੱਚੀ ਗੜੀ ਇਨਾਂ ਨੇ ਇੰਨਾ ਪਿਆਰ ਇੰਨੇ ਗੌਰ ਨਾਲ ਵੀ ਕੀ ਇੱਥੇ ਕੋਈ ਖਾਸ ਗੱਲ ਆ ਤਾਂ ਕਲਗੇ ਧਰਮ ਮਹਾਰਾਜ ਦਿਆ ਸਿੰਘ ਜੀ ਨੂੰ ਕਹਿਣ ਲੱਗੇ ਦਿਆ ਸਿੰਘ ਜੀ ਪਟਨਾ ਸ਼ਹਿਰ ਸਿੱਖੀ ਦਾ ਪੰਗੋੜਾ ਸੀ ਜਿੱਥੇ ਸਾਡਾ ਜਨਮ ਹੋਇਆ ਕਹਿੰਦੇ ਆਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਇੱਥੇ ਖਾਲਸੇ ਨੇ ਗੁਰਮਤੀ ਵਿਦਿਆ ਹਾਸਲ ਕੀਤੀ ਕਹਿੰਦੇ ਇਹ ਚਮਕੌਰ ਦੀ ਕੱਚੀ ਗੜੀ ਖਾਲਸੇ ਦੀ ਯੂਨੀਵਰਸਿਟੀ ਆ ਅੱਜ ਮੈਂ ਇੱਥੇ ਦੇਖਣਾ ਕਿ ਮੇਰੇ ਵੀਰ ਬਹਾਦਰ ਕਿੰਨੇ ਕ ਨੰਬਰ ਲੈ ਕੇ ਪਾਸ ਹੁੰਦੇ ਆ ਕਹਿੰਦਾ ਕਹਤੇ ਇਥੇ ਜੇ ਸੇ ਖੇਤੇ ਵਿੱਚ ਆਣਾ ਟਿਕਾਣਾ ਜੇ ਬੁਹੀ ਹੈ ਮਿੱਟੀ ਵੀ ਕਹਿ ਰਹੀ ਹੈ ਟਿਕਾਣਾ ਜੇ ਬੁਹੀ ਹੈ ਜਹਾਂ ਪਰ ਬੱਚੋ ਕੋ ਕਟਾਣਾ ਕਰ ਘਰ ਕੋ ਲੋਟ ਜਾਣਾ ਟਿਕਾਣਾ ਜੇ ਬੁਹੀ ਹੈ ਕਹਿੰਦੇ ਅੱਜ ਦਿਆ ਸਿੰਘ ਜੀ ਜਾਂਦਾ ਖਾਲਸਾ ਪੰਥ ਨੇ ਸਦਾ ਵਾਸਤੇ ਖਤਮ ਹੋ ਜਾਣਾ ਵਾ ਜਾਂ ਫਿਰ ਸਦਾ ਵਾਸਤੇ ਅਮਰ ਹੋ ਜਾਣਾ ਕੋਈ ਦੁਨੀਆ ਦੀ ਤਾਕਤ ਇਹਨੂੰ ਖਤਮ ਕਰਨ ਵਾਲੀ ਜੰਮੂਗੀ ਨਹੀਂ ਤੇ ਜਦੋਂ ਜਾਨੇ ਦੇ ਦੁਸ਼ਮਨ 10 ਲੱਖ ਇਕੱਠਾ ਹੋਇਆ ਤਾਂ ਔਰੰਗਜ਼ੇਬ ਨੇ 94 ਜਰਨੈਲ ਭੇਜੇ ਨਾਉਂ ਸਭ ਤੋਂ ਪਹਿਲਾਂ ਜਰਨਲ ਨਾਰ ਖਾਨ ਦੂਜਾ ਜਰਨਲ ਗਣੀ ਖਾਨ ਤੀਜਾ ਮਹਿਮੂਦ ਅਲੇ ਖਾਨ ਤੀਜਾ ਖਵਾਜਾ ਮੀਰ ਖਾਨ ਤੀਜਾ ਭੂਰੇ ਖਾਨ ਦਲਾਵਰ ਖਾਨ ਸ਼ੇਰਖਾਂ ਗੋਲਖਾਂ ਦਲਾਵਰ ਖਾਨ ਖਾਨੀ ਖਾਨ ਕਹਿੰਦਾ ਕਈ ਵਾਰ ਖਾਂ ਵੀ ਖਾਂ ਇਕੱਠੇ ਹੋਈ ਫਿਰਨਾ ਕਹਿੰਦਾ ਇੱਕ ਵਾਰੀ ਜੈਲੀ ਦਾ ਨਾਲ ਚਮਕੌਰ ਦੇ ਦਾ ਮਕਾਮ ਚਮਕੌਰ ਦਾ ਮੈਦਾਨ ਜੈਲੀ ਦੇ ਨਹਰੇ ਨਾਲ ਗੂੰਜ ਉੱਠਿਆ ਕੱਢਿਆ ਮਿਆਂ ਦੇ ਵਿੱਚੋਂ ਖੰਡਾ ਕਲਗੀਧਰ ਮਹਾਰਾਜ ਚਾਲੀਆਂ ਸਿੰਘਾਂ ਨੂੰ ਲੜਕਾਰ ਕੇ ਕੁਛ ਸ਼ਬਦ ਕਹਿ ਰਹੇ ਆ ਕੀ ਕਹਿ ਰਹੇ ਆ ਕਹਿੰਦਾ ਬੋਲੇ ਦਸਵੇਂ ਪਾਤਸ਼ਾਹ ਹੱਥ ਖੰਡਾ ਫੜ ਕੇ 10 ਲੱਖ ਵੈਰੀ ਆ ਗਿਆ ਬਾਦਲ ਤੇ ਚੜ ਕੇ ਓਏ ਅੱਜ ਕੱਲਾ ਕੱਲਾ ਸਵਾ ਲੱਖ ਨਾਲ ਦੇਖੋ ਲੜਕੇ ਕਹਿੰਦਾ ਬੈਰੀ ਸੁੱਕਾ ਜਾਏ ਨਾ ਸਿੰਘਾਂ ਨਾਲ ਲੜਕੇ ਉਹ ਦੁਸ਼ਮਣੋਂ ਤੇ ਟਟਪੋ ਹੱਥ ਚੰਡੀ ਫੜਕੇ ਕਹਿੰਦਾ ਮੈਂ ਵੇਖਾਂ ਤੁਹਾਡੀ ਵੀਰਤਾ ਬੁਰਜਾਂ ਤੇ ਚੜਕੇ ਉਹ ਦਿਲਬਰ ਬਾਰਾਂ ਗਾਏਗਾ ਬਾਗਾਂ ਵਿੱਚ ਖੜਕੇ ਜਦੋਂ ਜਾਣਦੇ ਉਹਨਾਂ ਨੇ ਦੇਖਿਆ ਵੀ ਹੁਣ ਅਸੀਂ ਜਾ ਕੇ ਸਿੱਖਾਂ ਨੂੰ ਗ੍ਰਿਫਤਾਰ ਕਰੀ ਤਾਂ ਉਹਨਾਂ ਨੇ ਪੋੜੇ ਲਿਆਂਦੇ ਸੀ ਪੋੜੇ ਲਿਆ ਕੇ ਜਾਣਦੇ ਗੜੀ ਦੇ ਬਾਹਰ ਲਾਤੀ ਤਾ ਦਿਆ ਸਿੰਘ ਜੀ ਆਕੇ ਕਲੰਗੀ ਧਰਮ ਮਹਾਰਾਜ ਨੂੰ ਕਹਿਣ ਲੱਗੇ ਵੀ ਦੁਸ਼ਮਣਾਂ ਦਾ ਅੰਦਰ ਆਉਂਦੀ ਕੋਸ਼ਿਸ਼ ਕਰਦਾ ਤੇ ਮਹਾਰਾਜ ਕਹਿੰਦੇ ਦਿਆ ਸਿੰਘ ਜੀ ਕਭਰਾਉਂਦੀ ਲੋੜ ਨਹੀਂ ਵੀਰਾਸਣ ਹੋ ਕੇ ਗੜੀ ਦੀ ਕਾਂਦੇ ਦੇ ਉੱਤੇ ਜਾਣ ਦੀ ਬੈਠ ਜਾਓ ਤੀਰਾਂ ਦੇ ਢੇਰ ਲਾ ਲਓ ਕੋਲ ਜਿਹੜਾ ਮਾਂ ਦਾ ਪੁੱਤ ਬਨੇਰ ਉੱਚਾ ਹੋਇਆ ਉਹ ਸੁੱਕਾ ਨਹੀਂ ਜਾਣਾ ਚਾਹੀਦਾ ਸਭ ਤੋਂ ਪਹਿਲਾਂ 6.5 ਫੁੱਟ ਦਾ ਕੱਦ ਸ਼ੇਰ ਮੁਹੰਮਦ ਦਾ ਸਗਾ ਭਾਈ ਜਰਨਲ ਨਾਰਖਾਨ ਦੀਨ ਅੱਲਾ ਸਵਾਨ ਅੱਲਾ ਕਾਨ ਅੱਲਾ ਕਹਿ ਕੇ ਜਦੋਂ ਪਾਇਆ ਪੌੜੀ ਦੇ ਡੰਡੇ ਨੂੰ ਹੱਥ ਜਦ 4 ਇੰਚ ਬਣੇ ਉਚਾਈ ਕਲਗੀ ਧਰਮਨ ਜ ਆਪ ਬੁਰਜ ਦੇ ਵਿੱਚ ਖੜੇ ਆ ਮਾਰਿਆ ਸੂਕ ਦਾ ਤੀਰ ਮੱਥਾ ਪਾੜ ਕੇ ਉਹ ਮਾਰਿਆ ਭਗਾ ਕੇ ਤਾਂ ਜਦੋਂ ਦੂਜਾ ਜਰਨਲ ਚੜ੍ਹਿਆ ਉਹਦਾ ਨਾਮ ਸੀ ਜਰਨਲ ਗਣੀ ਖਾਨ ਜਦ ਉਹ ਵੀ 4 ਇੰਚ ਬਣੇ ਉਚਾ ਹੋਇਆ ਤਾਂ ਉਹ ਵੀ ਤੀਰ ਖਾ ਕੇ ਸਦਾ ਲਈ ਸ਼ਹੀਦੀ ਦਾ ਜਾਮ ਪੀ ਗਿਆ ਜਿਹੜਾ ਇਹਨਾਂ ਨੌ ਜਰਨਲਾਂ ਦਾ ਚੀਫ ਕਮਾਂਡਰ ਸੀ ਉਹ ਦਾ ਨੌਸੀ ਖਵਾਜਾ ਮਹਿਦੂਦ ਅਲੀ ਤਾਂ ਮਗਰਲੇ 6 ਜੇਰ ਨਾਲ ਕਹਿ ਰਹੇ ਆ ਕਹਿੰਦੇ ਖਵਾਜਾ ਸਾਹਿਬ bari ਤੁਹਾਡੀ ਆ ਛਡੋ ਤੇ ਉੱਥੇ ਖਵਾਜਾ ਸਾਹਿਬ ਕੀ ਕਹਿੰਦਾ 6 ਜਨਾਂ ਵਾਲਾ ਨੂੰ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਨਾ ਤਾਂ ਮੇਰੇ ਬਸ ਦੀ ਗੱਲ ਆ ਨਾ ਤੁਹਾਡੇ ਬਸ ਦੀ ਗੱਲ ਆ ਵੀ ਕਿ ਤੁਹਾਨੂੰ ਮੈਂ ਤੋਰਿਆ ਫਿਰਦਾ ਚੰਗਾ ਨਹੀਂ ਲੱਗਦਾ ਹੈਗਾ ਤੇ ਕਹਿੰਦਾ ਜਦੋਂ ਇਨੀ ਗੱਲ ਕਹੇ ਤਾਂ ਫਿਰ ਉਹ ਕਹਿੰਦੇ ਬਹਾਦਰੀ ਦੀਆਂ ਗੱਪਾਂ ਜਾ ਕੇ ਬੇਗਮਾਂ ਕੋਲੀ ਮਾਰਨ ਜਾਣਦੇ ਹੋ ਵੀ bari ਤੁਹਾਡੀ ਆ ਛੱਡ ਗਿਆ ਲੱਤਾ ਕੰਬ ਰਹੀਆਂ ਨੇ ਜਦ ਕਲਗੇ ਧਰਮ ਮਹਾਰਾਜ ਦੇ ਬੁਰਜ ਦੇ ਵਿੱਚ ਖੜਿਆਂ ਦੇ ਹਾਲੇ ਕਲਗੇ ਨਜ਼ਰ ਆਈਆ ਬਨੇਰੇ ਤੋਂ 4 ਇੰਚ ਥੱਲੇ ਸੀਗਾ ਤਾਂ ਕਲਗੇ ਦੇਖ ਕੇ ਬੇਹੋਸ਼ ਹੋ ਗਿਆ ਦੋ ਜਨਾਂ ਦਾ ਤੀਰ ਖਾ ਕੇ ਡਿੱਗੇ ਸੀ ਇਹ ਬਿਨਾ ਤੀਰ ਖਾਦੇ ਹਾਂ ਤੇ ਛੱਡ ਗਿਆ ਇੰਨਾ ਡਰ ਗਿਆ ਕਲਗੀ ਦੇ ਜਾਣਦੇ ਇੰਨਾ ਜਣ ਦੇ ਕਹਿੰਦਾ ਮਤਲਬ ਜੇ ਦਾ ਚੀੜੀ ਬਾਜ ਨੂੰ ਦੇਖ ਕੇ ਡਰ ਜਾਂਦੀ ਆ ਜਣਦੇ ਕਹਿੰਦਾ ਮਤਲਬ ਬੇਉਸ਼ੀ ਹੋ ਗਿਆ ਚੱਖ ਕੇ ਲੈ ਕੇ ਉਸ ਤੋਂ ਬਾਅਦ ਪੌੜੀ ਵੀ ਚੱਖ ਕੇ ਲੈ ਕੇ ਕੱਲ ਬਾਅਦ ਦੇਖਿਆ ਹੀ ਨਹੀਂ ਸੀ ਹਾਂ ਜੀ ਹਾਂ ਕੱਲ ਗੇ ਧਰਮਾਰਾਜ ਕਹਿੰਦੇ ਡਰੇਗਾ ਅਗਰ ਰੂਹੇ ਵਿੱਚ ਮ ਵਿਯੰਗ ਤੀਰ ਲਾ ਕੇ ਬਖ ਸੀਸਵੇਂ ਕਹਿੰਦੇ ਬਸ ਉਸ ਜੇਕਰ ਬੁੱਝ ਦਿਲ ਮੇਰੇ ਸਾਹਮਣੇ ਆ ਜਾਂਦਾ ਤਾਂ ਮੈਂ ਉਹਨੂੰ ਇੱਕ ਤੀਰ ਛਾੜ ਹੀ ਦਿੰਦਾ ਉਸ ਤੋਂ ਬਾਅਦ ਪੌੜੀ ਚੱਖ ਕੇ ਲੈ ਕੇ ਫੇ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਕੱਲ ਗੇ ਧਰਮਾਰਾਜ ਦੇ ਚਰਨਾਂ 'ਚ ਹਾਜ਼ਰ ਹੋ ਕੇ ਕਹਿੰਦੇ ਸੱਚੇ ਪਾਸ਼ਾ ਇਹਨਾਂ ਨੇ ਤੁਰਕਾਂ ਨੇ ਕੀ ਲੜਨਾ ਵੀ ਗੜੀ ਦਾ ਬੂਹਾ ਖੋਲੋ ਤੇ ਮੈਂ ਜਾ ਕੇ 10 ਲੱਖ ਦੇ ਨਾਲ ਦੋ ਹੱਥ ਕਰਨੇ ਚਾਹੁੰਦਾ ਵਾਂ ਤਾਂ ਦਇਆ ਸਿੰਘ ਜੀ ਨੂੰ ਕਹਿ ਰਹੇ ਪਹਿਲੇ ਪਿਆਰੇ ਨੇ ਕਿਹਾ ਸੀ ਨਹੀਂ ਜੀ ਇਹ ਜਿਹੜੇ ਹਿੰਮਤ ਸਿੰਘ ਜੀ ਤੀਜੇ ਪਿਆਰੇ ਆ ਜੀ ਤੀਜੇ ਨੰਬਰ ਤੇ ਕਹਿੰਦੇ ਸਭ ਤੋਂ ਪਹਿਲਾਂ ਦਇਆ ਚੱਲ ਕੇ ਆਈ ਆ ਪਹਿਲੇ ਦਾ ਨੌਵਾਂ ਭਾਈ ਦਇਆ ਸਿੰਘ ਜੀ ਕਹਿੰਦੇ ਜਿੱਥੇ ਦਇਆ ਗਏ ਉੱਥੇ ਧਰਮ ਆ ਜਾਂਦਾ ਵਾ ਕਹਿੰਦੇ ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ ਜਿੱਦਾ 16 ਨੰਬਰ ਪੋੜੀ ਦੇ ਵਿੱਚ ਜਪਜੀ ਸਾਹਿਬ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਆ ਧੋਲ ਧਰਮ ਦਿਆ ਕਾ ਪੂਤ ਸੰਤੋਗ ਥਾਪ ਰੱਖਿਆ ਜene ਸੁਖ ਤੇ ਕਹਿੰਦੇ ਚਾਰੇ ਧਰਮਾਂ ਦੀ ਮਾਮਾ ਦਿਆ ਦਿਆ ਦੇ ਵਿੱਚ ਧਰਮ ਪੈਦਾ ਹੁੰਦਾ ਵਾ ਜੇ ਕੋਈ ਮੋਦੀ ਵਰਗਾ ਰਾਜਾ ਕਹੇ ਵੀ ਮੈਂ ਧਰਮੀ ਆ ਉਹ ਧਰਮੀ ਕਹਦਾ ਜਿਹਦੇ ਹਿਰਦੇ 'ਚ ਦਿਆ ਹੀ ਨਹੀਂ ਉਹਦਾ ਧਰਮ ਹੀ ਕਹੌਣ ਦਾ ਹੱਕਦਾਰ ਹੀ ਨਹੀਂ ਹੈਗਾ ਕਹਿੰਦੇ ਪਹਿਲਾਂ ਦਇਆ ਤੇ ਦਇਆ ਦੇ ਵਿੱਚੋਂ ਧਰਮ ਪੈਦਾ ਜਦੋਂ ਦਇਆ ਦੇ ਧਰਮ ਇਕੱਠਿਆਂ ਦੇ ਤੇ ਵਿੱਚੋਂ ਹਿੰਮਤ ਪੈਦਾ ਹੁੰਦੀ ਹੈ ਕਹਿੰਦਾ ਜਦੋਂ ਹਿੰਮਤ ਆ ਗਈ ਤਾਂ ਫਿਰ ਸੰਸਾਰ ਦਾ ਪਰਿਵਾਰ ਦਾ ਮਾਇਆ ਦਾ ਮੋਹ ਕਮ ਹੋ ਜਾਂਦਾ ਚੌਥੇ ਦਾ ਨੌਵੇਂ ਭਾਈ ਮੋਹਕਮ ਸਿੰਘ ਜੀ ਕਹਿੰਦੇ ਜਦੋਂ ਬੰਦਾ ਇਹ ਸੰਸਾਰ ਦੀ ਮਾਇਆ ਤੋਂ ਉੱਪਰ ਹੋ ਗਿਆ ਤਾਂ ਫਿਰ ਰੱਬ ਦੇ ਰੂਪ ਹੋ ਗਿਆ ਸਹਿਬ ਸਿੰਘ ਕਹਿੰਦੇ ਪੰਜਵੇਂ ਦਾ ਨੌਵੇਂ ਭਾਈ ਸਹਿਬ ਸਿੰਘ ਜੀ ਇਹ ਕਹਿੰਦਾ ਸਹਿਬ ਮੇਰਾ ਇੱਕੋ ਹੈ ਇਕੋ ਹੈ ਭਾਈ ਇਕੋ ਹੈ ਬਜ ਦਿਆ ਸਿੰਘ ਜੀ ਨੂੰ ਕਲਗੀਧਰ ਮਹਾਰਾਜ ਕਹਿ ਲਗੇ ਕਹਿੰਦੇ ਦੇਖੋ ਭਾਈ ਹਿੰਮਤ ਸਿੰਘ ਦੀ ਹਿੰਮਤ 10 ਲੱਖ ਦੇ ਨਾਲ ਮੁਕਾਬਲਾ ਕਰਨ ਦਾ ਜਿਗਰਾ ਸਾਡੇ ਸ਼ੇਰ ਦਾ ਤੇ ਫਿਰ ਕਲਗੀਧਰ ਮਹਾਰਾਜ ਕਹਿ ਲਗੇ ਹਿੰਮਤ ਸਿੰਘ ਨੂੰ ਕਹਿੰਦੇ ਕਹਿੰਦੇ ਹਿੰਮਤ ਸਿੰਘ ਜੀ ਤੁਸੀਂ ਇਕੱਲੇ ਨਹੀਂ ਜਾਓਗੇ ਸੱਤ ਸਿੰਘ ਤੁਹਾਡੀ ਰੱਖਿਆ ਲਈ ਜਾਣਗੇ ਕਹਿੰਦੇ ਦੁਸ਼ਮਣਾਂ 10 ਲੱਖ ਤੇ ਸਿੰਘ ਨੇ 8 ਤੇ ਇਕੱਲੇ-ਇਕੱਲੇ ਨੂੰ ਸਵਾ-ਸਵਾ ਲੱਖ ਹੁੰਦਾ ਤੇ ਕਲਗੀਧਰ ਮਹਾਰਾਜ ਦਾ ਵਚਨ ਕੀਤਾ ਹੈ ਪੂਰਾ ਹੁੰਦਾ ਵੀ ਸਵਾ ਲੱਖ ਤੇ ਏਕ ਲੜਾਉ ਚੀੜੀਆਂ ਉਸਮੈਂ ਬਾਜ ਤੜਾਉ ਗਿਦੜੋਂ ਕੋ ਮੈਂ ਸ਼ੇਰ ਬਣਾਉ ਤਵੇ ਗੁਰੂ ਗੋਬਿੰਦ ਸਿੰਘ ਨਾਮ ਕਹਾਉ ਜਦੋਂ ਅੱਠ ਸਿੰਘ ਜਣੇ ਦੀ ਗੱਡੀ ਦਾ ਬੂਹਾ ਖੋਲੇ ਆ ਤੇ 10 ਲੱਖਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਂ ਪੀ ਜਾਂਦੇ ਆ ਫਿਰ ਦੂਜੇ ਪਿਆਰੇ ਆ ਭਾਈ ਜਿਹੜੇ ਦੂਜੇ ਨੰਬਰ ਦੇ ਗਏ ਚੌਥੇ ਨੰਬਰ ਵਾਲੇ ਭਾਈ ਮੋਹਕਮ ਸਿੰਘ ਜੀ ਅੱਠ ਸਿੰਘ ਉਹਨਾਂ ਦੀ ਰੱਖਿਆ ਦੇ ਲਈ ਗਏ ਜੀ 10 ਲੱਖ ਦਾ ਮੁਕਾਬਲਾ ਕਰਦੇ ਹੋਏ ਵੀ ਸ਼ਹੀਦੀ ਜੰਮ ਪੀ ਗਏ ਜਦੋਂ 40 ਦੇ ਵਿੱਚੋਂ 17 ਸ਼ਹੀਦ ਹੋ ਗਏ ਤਾਂ ਕਨਗੇ ਧਰਮ ਮਾਰੇ ਦਾ ਵੱਡਾ ਸਹਿਬ ਜادہ ਬਾਬਾ ਜੀਤ ਸਿੰਘ ਜੀ ਛਾਲ ਮਾਰ ਕੇ ਹਾਜ਼ਰ ਹੁੰਦੇ ਆ ਆ ਕੇ ਕੀ ਕਹਿੰਦੇ ਪਿਤਾ ਜੀ ਮੈਨੂੰ ਵੀ ਜੰਗ 'ਚ ਜਾਣ ਦੀ ਆਗਿਆ ਦਿਓ ਤਾਂ ਉਥੇ ਕਨਗੇ ਧਰਮ ਮਾਰੇ ਜਿੰਨੇ ਖੁਸ਼ ਹੋਏ ਕਹਿੰਦੇ ਪੁੱਤਰ ਜੀਤ ਸਿੰਘ ਜੇ ਮੈਂ ਤੈਨੂੰ ਆਵਾਜ਼ ਮਾਰਦਾ ਇਹਦਾ ਅਰਥ ਕੁਝ ਹੋਰ ਹੋਣਾ ਸੀ ਤੂੰ ਆਪਣੇ ਆਪ ਨੂੰ ਪੇਸ਼ ਕਰਕੇ ਇਹਦੇ ਅਰਥ ਕੁਝ ਹੋਰ ਹੋ ਗਏ ਅੱਜ ਤੋਂ ਬਾਅਦ ਜਦੋਂ ਵੀ ਦੇਸ਼ ਨੂੰ ਕੌਮ ਨੂੰ ਕੋਈ ਭੀੜ ਬਣਿਆ ਕਰੂਗੀ ਤੇਰੇ ਵਰਗੇ ਸੂਰਮੇ ਆਪਣੇ ਆਪ ਨੂੰ ਪੇਸ਼ ਕਰਿਆ ਕਰਨਗੇ ਉਥੇ ਕਹ ਲੰਗੀ ਧਰਮ ਮਹਾਰਾਜ ਜਣੇ ਅਜੀਤ ਸਿੰਘ ਦਾ ਹੱਥ ਫੜ ਕੇ ਸੀਨੇ ਨਾਲ ਲਾ ਕੇ ਕੁਛ ਜਣੇ ਦੀ ਗੱਲਾਂ ਕਹੀਆਂ ਕੀ ਕਿਹਾ ਕਹਿੰਦਾ ਮੇਰੇ ਮੱਖਣਾ ਨਾਲ ਪਾਲਿਆ ਪੁੱਤਰਾ ਓਏ ਅੱਜ ਤੈਨੂੰ ਤੇਗਾ ਦੇ ਸਾਹੇ ਚਮਕਾਉਣ ਲੱਗਾ ਕਹਿੰਦਾ ਹੀਰੇ ਲਾਲਾਂ ਤੋਂ ਮਹਿੰਗੇ ਆ ਮੋਤੀ ਓਏ ਅੱਜ ਤੈਨੂੰ ਪਰਬਤਾਂ ਨਾਲ ਟਕਰਾਉਣ ਲੱਗਾ ਓ ਹੱਥੀ ਲਾ ਕੇ ਜਿਸਮ ਤੇਰੇ ਦੀ ਚਰਬੀ ਦਾਗ ਪਾਂਥ ਦੇ ਸਾਦਾ ਲਈ ਧੋਣ ਲੱਗਾ ਕਹਿੰਦਾ ਰਤ ਚੋ ਕੇ ਆਪਣੇ ਕਾਲਜੇ ਦੀ ਮੈਂ ਸੁਰਖ ਰੂਹ ਕਿਸੇ ਤੋਂ ਹੌਣ ਲੱਗਾ ਜਦੋਂ ਜਾਣ ਗੋਗੇ ਤਾਂ ਸ਼ਹੀਦੀ ਗਾਨਾ ਬਣਿਆ ਉਥੇ ਕਵੀ ਕੀ ਕਹਿੰਦਾ ਕਹਿੰਦਾ ਗੁਰੂ ਲਾਲ ਨੂੰ ਕੋਲ ਬੁਲਾਇਆ ਏ ਹੱਥ ਫਾੜ ਕੇ ਸੀਨੇ ਲਾਇਆ ਏ ਹਥੀ ਗਾਨਾ ਵਨ ਜਾਣ ਚੜਾਇਆ ਏ ਜਾ ਜੰਗ ਨੂੰ ਪੁੱਤਰ ਪਿਆਰੇ ਓਏ ਸੁੰਦਰੀ ਦੀ ਅੱਖ ਦੇ ਤਾਰਿਆ ਓਏ ਕਹਿੰਦੇ ਤੂੰ ਚਾਨਣ ਮੇਰੇ ਦਿਲ ਦਾ ਵਾਂ ਤੂੰ ਪੌਤਾ ਚਾਦਰ ਹਿੰਦ ਦਾ ਵਾਂ ਤੂੰ ਪੜ ਪੌਤਾ ਹਰ ਗੋਬਿੰਦ ਦਾ ਵਾਂ ਜਾ ਜੰਗ ਨੂੰ ਪੁੱਤਰ ਪਿਆਰੇ ਓਏ ਸੁੰਦਰੀ ਦੀ ਅੱਖ ਦੇ ਤਾਰਿਆ ਓਏ ਕਹਿੰਦਾ ਅਜ ਤੀਰਾਂ ਦੀ ਜੰਗ ਵਿੱਚ ਸ਼ਾਂ ਕਰਦੇ ਵੇ ਜਿਦਾ ਬਦਲਾ ਦਾ ਮੀਂਹ ਪੈਂਦਾ ਹੈ ਨਾ ਐਨੇ ਤੀਰ ਛੱਡੀ ਕਹਿੰਦੇ ਅਜੇ ਤੀਰਾਂ ਦੀ ਜੰਗ ਵਿੱਚ ਸ਼ਾਂ ਕਰਦੇ ਅੱਜ ਐਡਾ ਉੱਚਾ ਨਾ ਕਰਦੇ ਕਹਿੰਦੇ ਜਾ ਜੰਗ ਨੂੰ ਪੁੱਤਰ ਪਿਆਰੇ ਓਏ ਸੁੰਦਰੀ ਦੀ ਅੱਖ ਦੇ ਤਾਰੇ ਆ ਬਈ ਅਖੀਰ ਤੇ ਜਾ ਕੇ ਕਲਗੀਧਨ ਮਹਾਰਾਜ ਕਹਿੰਦੇ ਦੁਸ਼ਮਨ 10 ਲੱਖਾ ਪੁੱਤ ਤੇਰੇ ਸ਼ਸਤਰ ਟੁੱਟ ਜਾਣੇ ਆ ਤੇਰੇ ਸਾਰੂਕ ਜਾਣੇ ਆ ਜਾਂ ਤੈਂ ਘੋੜੇ ਦਾ ਥੱਲੇ ਡਿਗਣਾ ਦਾ ਦੁਸ਼ਮਣ ਨੇ ਕੀਮਾ-ਕੀਮਾ ਕਰ ਦੇਣਾ 496 ਟੱਕ ਤਲਵਾਰਾਂ ਦੇ ਅਜੀਤ ਸਿੰਘ ਦੀ ਛਾਤੀ ਦੇ ਉੱਤੇ ਸੀਗੇ ਜੀ ਲੱਗੇ ਹੋਏ ਉਸ ਦਿਨ ਸਹਬਜ਼ਾਦੇ ਦੀ ਉਮਰ ਸ 17 ਸਾਲ 10 ਮਹੀਨੇ 15 ਦਿਨ ਦੀ ਉਮਰ ਸੀ ਅਖੀਲੇ ਪਹਿਰੇ ਜੇ ਕਹਿੰਦੇ ਆ ਕਨਗੀ ਤਾਰਾ ਮਾਰੇ ਕਹਿਣ ਲੱਗੇ ਕਹਿੰਦੇ ਜਦ ਬਾੜ ਕਿਸੇ ਦਾ ਝੱਲੇਗਾ ਜਿੰਦ ਬਾੜ ਕੇ ਤੇਗਾ ਥੱਲੇਗਾ ਮੈਂ ਲੱਖ ਲੱਖ ਸ਼ੁਕਰ ਮਨਾਵਾਂਗਾ ਮੈਂ ਦਿਲਵਰ ਖੁਸ਼ੀ ਚ ਗਾਵਾਂਗਾ ਵੀ ਮੈਂ ਰੋਊਗਾ ਨਹੀਂ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਾਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਅੰਤ ਦੇ ਵਿੱਚ ਜਾਂਦੇ ਜਾਂਦੇ ਗੱਲਾਂ ਦੋ ਹੋਰ ਨੇ ਜ਼ਰੂਰ ਕਰਨਾ ਚਾਹੂੰਗਾ ਕਿਉਂਕਿ ਹਾਲ ਹੀ ਦੇ ਵਿੱਚ ਸ੍ਰੀ ਅਮ੍ਰਿਤਸਰ ਸਾਹਿਬ ਦੇ ਵਿੱਚ ਵੀ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜਾ ਤੁਸੀਂ ਦੇਖਿਆ ਕਿ ਬੇਅਦਬੀ ਹੁੰਦੀ ਹੈ ਹਾਂਜੀ ਇਹ ਕੀ ਗੱਲ ਹੈ ਕਿ ਜਗਜੀਤ ਸਿੰਘ ਜੀ ਵੀ ਜਿਹੜੀਆਂ ਬੇਅਦਬੀਆਂ ਨੇ ਆਮ ਲੋਕ ਕੀ ਸੋਚਦਾ ਆ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਕੀ ਸਵਾਲ ਆਉਂਦੇ ਨੇ ਵੀ ਕੀ ਇਹ ਬੇਅਦਬੀਆਂ ਅਸਲ ਦੇ ਵਿੱਚ ਲੋਕ ਆਪਣੀ ਮੰਦਬੁੱਧੀ ਦੇ ਨਾਲ ਕਰਦੇ ਨੇ ਕਿ ਅਸਲ ਦੇ ਵਿੱਚ ਜਿਵੇਂ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਬ੍ਰੇਨ ਵਾਸ਼ ਕਰਕੇ ਉਥੇ ਭੇਜ ਦਿੰਦੇ ਨੇ ਪੈਸੇ ਦਾ ਲਾਲਚ ਦੇ ਕੇ ਇੱਕ ਗਰੀਬ ਨੂੰ ਉਥੇ ਭੇਜ ਦਿੰਦੇ ਨੇ ਉਹ ਤੋਂ ਕਾਰਾ ਕਰਾ ਦਿੰਦੇ ਨੇ ਤੇ ਕਰਾਉਣ ਵਾਲੇ ਹੁੰਦੇ ਵੀ ਖੁਦ ਸਿਆਸੀ ਪਾਰਟੀ ਵਾਲੇ ਨੇ ਸੱਚ ਹੈ ਗੱਲ ਬਿਲਕੁਲ ਸੱਚ ਹੈ ਜੀ ਜੇ ਆਪਾਂ ਜਾਣੇ ਦੇ ਕਹਿੰਦਾ ਮਤਲਬ ਜਿੰਨੀ ਕੁ ਵਾਹਿਗੁਰੂ ਨੇ ਮਾਤ ਦੇਤੀ ਆਪਾਂ ਉਹ ਮਤ ਦੇ ਨਾਲ ਸੋਚੀਏ ਵੀ ਪੂਰੇ ਬੜ ਦੇ ਵਿੱਚ 204 ਕੈਂਟਰੀਆਂ ਨੇ ਇੱਕ ਇੰਡੀਆ ਨੂੰ ਛੱਡ ਕੇ ਕਦੇ ਵੀ ਜਾਣੇ ਤੁਸੀਂ ਕਹੇ ਇਹ ਨਹੀਂ ਸੁਣਿਆ ਹਨ ਵੀ ਨੇਪਾਲ ਦੇ ਵਿੱਚ ਚੀਨ ਦੇ ਵਿੱਚ ਕਿਉਂਕਿ ਪੂਰੇ ਬੜ ਦੇ ਵਿੱਚ ਗੁਰੂ ਘਰ ਨੇ ਪੂਰੇ ਬਲਦੇ ਵਿੱਚ ਨਿਸ਼ਾਨ ਸਾਹਿਬ ਝੁਲਦੇ ਆ ਕਿਤੇ ਵੀ ਇੱਕ ਵੀ ਕੈਂਟਰੀ ਦਾ ਤੁਸੀਂ ਦਿਖਾ ਦਿਓ ਕਿਸੇ ਵੀ ਅਖਬਾਰ ਦੇ ਵਿੱਚ ਇਹ ਜੋ ਹੋ ਰਿਹਾ ਇਹ ਹੁੰਦਾ ਨਹੀਂ ਕਰਵਾਇਆ ਜਾ ਰਿਹਾ ਜਾਣ ਬੁੱਝ ਕੇ ਜਾਣੇ ਹੱਥ ਜੋੜ ਕੇ ਬੇਨਤੀ ਆ ਉਹਨਾਂ ਦੇ ਚਰਨਾਂ 'ਚ ਵੀ ਜਿਹੜੇ ਕੰਮ ਤੁਸੀਂ ਕਰਦੇ ਹੋ ਛੱਡ ਦਿਓ ਕਿਉਂਕਿ ਕਲਗੇ ਧਰਮ ਮਹਾਰਾਜ ਦਾ ਬਚਨ ਹੈ ਕਹਿੰਦੇ ਖੁਵਾਰ ਹੋਏ ਸਭ ਮਿਲेंगे ਬਚੇ ਸ਼ਾਰ ਨਾ ਹੋਏ ਜੋ ਹੋਏ ਕਿਉਂਕਿ ਕਲਗੀਧਰ ਮਹਾਰਾਜ ਨੇ ਪੁੱਛਿਆ ਸੀ ਸੰਗਤਾਂ ਨੇ ਮਹਾਰਾਜ ਜੀ ਤੁਸੀਂ ਜਦੋਂ 21ਵੀਂ ਸਦੀ ਦੇ ਵਿੱਚ ਆਵਣਾ ਗੁਰੂ ਨਾਨਕ ਮਹਾਰਾਜ ਜਣੇ 723 ਅੰਗ ਤਲੰਗ ਰਗ ਦੇ ਵਿੱਚ ਗੁਰੂ ਗ੍ਰਾਸਾਜ ਦੇ ਵਿੱਚ ਜੜੇ ਦੀ ਸ਼ਬਦ ਉਚਾਰਨ ਕੀਤਾ ਆਉਣਾ 78 ਜਾਣ 97 ਹੋਰ ਵੀ ਉੱਠ ਸੀ ਮਰਦ ਦਾ ਚੇਲਾ ਕਹਿੰਦਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੱਚ ਕੀ ਵੇਲਾ ਅਜੋ ਸੱਚੀ ਗੱਲ ਕਰਨ ਦਾ ਵੇਲਾ ਵਾ ਵੀ ਮਹਾਰਾਜ ਕਿਤੇ ਗਏ ਨਹੀਂ ਉਹ ਹਾਜ਼ਰ ਨਾਜ਼ਰ ਨੇ ਪਰ ਜਿਹੜੇ ਜਣੇ ਉਹ ਸਭ ਕੁਝ ਦੇਖ ਰਹੇ ਜਿੱਦਾਂ ਮਾੜੇ ਦੇ ਬਾਣੀ ਦਾ ਫਰਮਾਨਾ ਪੇਖ ਤੇ ਸੁਣ ਤੇ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਕਹਿੰਦੇ ਚੰਗੇ ਨੇ ਚੰਗਾ ਕਰਨਾ ਤੇ ਮਾੜੇ ਨੇ ਮਾੜਾ ਕਰਨਾ ਅਖੀਰ ਤੇ ਜਾ ਕੇ ਜਣੇ ਜਿਹੜੀ ਜਿੱਤ ਹੁੰਦੀ ਹੈ ਧਰਮ ਦੀ ਹੁੰਦੀ ਹੈ ਤੇ ਪਾਪ ਹਰ ਵਕਤ ਹਾਰਦੇ ਹੁੰਦਾ ਵਾ ਇਹ ਇਹਦੇ ਕੋਈ ਮਿਸਾਲ ਲੈਣੀ ਹੈ ਇੱਕ ਸਾਲ ਪਹਿਲਾਂ ਜਿਹੜਾ ਦੋਲ ਚੱਲਿਆ ਐਂਡ ਦੇ ਜਾ ਕੇ ਜਿਹੜੀਆਂ ਜਣੇ ਮੋਦੀ ਸਰਕਾਰ ਕਹਿੰਦੀ ਸੀ ਬੇ ਹਮ ਜੇ ਕਾਨੂੰਨ ਵਾਪਸ ਨਹੀਂ ਲਏਗੇ ਹਮ ਜੇ ਜਣੇ ਕਾਨੂੰਨ ਕਾਲੇ ਕਾਨੂੰਨ ਰੱਦ ਨਹੀਂ ਹੋਣੇ ਪਰ ਜਿਆਦਾ ਪੂਰੇ ਬੱਲ ਦੇ ਨਾਲ ਜਾਣੇ ਦੀ ਸਪੋਰਟ ਕੀਤੀ ਕਿਉਂਕਿ 84 ਦੇ ਚਿੰਦਰਾ ਨੇ ਸਾਨੂੰ ਕੁੱਟਿਆ ਲੁੱਟਿਆ ਮਾਰਿਆ ਬਦਨਾਮ ਕੀਤਾ ਪਰ ਇੱਕ ਸਾਲ ਦੇ ਅਧੂਲ ਨੇ ਪੂਰੇ ਬੱਲ ਦੇ ਵਿੱਚ ਦਿਖਾਤਾ ਵੀ ਸਿੱਖ ਕੌਣ ਨੇ ਪੰਜਾਬੀ ਕੌਣ ਨੇ ਤੇ ਕਿਸਾਨ ਕੌਣ ਨੇ ਪੂਰੇ ਬੱਲ ਨੇ ਸਪੋਰਟ ਕੀਤੀ ਜਿਆਦਾ ਪੂਰੇ ਬੱਲ ਦਾ ਪ੍ਰੈਸ਼ਰ ਪਿਆ ਤਾਂ ਮੁਰਦੀ ਨਹੀਂ ਝੁਕੂਗਾ ਨਾ ਪੈ ਗਿਆ ਕਿਉਂਕਿ ਹਾਲੇ ਵੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਜਿਹੜੇ ਕਿਉਂਕਿ ਜਨੈਤ ਸਿੰਘ ਜੀ ਸਟੇਜ ਤੇ ਖੜ ਕੇ ਇੱਕ ਗੱਲ ਕਹਿੰਦੇ ਸਭ ਤੋਂ ਪਹਿਲਾਂ ਤੇ ਹਿੰਦੂ ਪੱਕਾ ਹਿੰਦੂ ਬਣੇ ਸੇਖ ਪੱਕਾ ਸਿੰਘ ਬਣੇ ਤੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਕਹਿੰਦੇ ਜੇ ਜੇ ਪੱਕੇ ਚ ਰਹਿਣਾ ਸਿੱਖਿਆ ਤਾਂ ਕੱਚੇ ਚ ਰਹਿਣਾ ਸਿੱਖੋ ਉਹ ਜੇ ਕੱਚੇ ਦੇ ਰਹਿਣਾ ਸਿੱਖਿਆ ਤਾਂ ਰੜੇ ਮੈਦਾਨ ਚ ਰਹਿਣਾ ਸਿੱਖੋ ਜਣ ਦੇ ਫੌਜਾ ਆਪਣੀ ਆ ਉਥੇ ਰੜੇ ਮੈਦਾਨ ਚ ਬੈਠੇ ਸੀਗੇ ਜੇ ਕਿਸਾਨ ਜੋ ਵੀ ਨੇ ਵਾਲੇ ਜਣ ਦੇ ਤਾਂ ਕਰਕੇ ਜਿਹੜੇ ਸੱਚੇ ਹਿੰਦੂ ਸੀ ਧਰਮੀ ਹਿੰਦੂ ਸੀ ਉਹਨਾਂ ਨੇ ਆ ਕੇ ਨਾਲ ਪੈ ਗੇ ਉਹਨਾਂ ਨੇ ਮੋਦੀ ਵਰਗਿਆਂ ਦੀ ਪ੍ਰਵਾਹ ਨਹੀਂ ਕੀਤੀ ਅੱਜ ਲੋੜਾ ਸੱਚ ਨਾਲ ਜੁੜਨ ਦੀ ਕਹਿੰਦੇ ਸੱਚੇ ਸਬਣਾ ਹੋਏ ਦਾਰੂ ਪਾਪ ਕੱਢੇ ਧੋਏ ਇੱਕ ਪਾਸੇ ਸੰਸਾਰ ਆ ਦੂਜੇ ਪਾਸੇ ਨਿਰੰਕਾਰ ਆ ਜਿਹੜਾ ਨਿਰੰਕਾਰ ਦੀ ਸ਼ਰਨ ਜੀਆ ਚੱਲ ਜਾਂਦਾ ਉਹਨੂੰ ਤਤੀ ਹਵਾ ਨਹੀਂ ਲੱਗਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਹੋਏ ਸਨ ਜਗਜੀਤ ਸਿੰਘ ਜੀ ਤੁਸੀਂ ਵੇਖਿਆ ਮੈਂ ਜ਼ਿਆਦਾ ਕੁਝ ਨਹੀਂ ਗੱਲ ਕਰੂੰਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿਉਂਕਿ ਉਹੀ ਦਿਨ ਚੱਲ ਰਹੇ ਨੇ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ ਜਦ ਵੱਡੇ ਸਾਬਜਾਦੇ ਦੀ ਸ਼ਹੀਦੀਆਂ ਹੁੰਦੀਆਂ ਨੇ ਛੋਟੇ ਸਾਬਜਾਦੇ ਨੀਹਾਂ ਦੇ ਵਿੱਚ ਚੁਣਾਈ ਜਾਂਦੇ ਨੇ ਉਹ ਜੰਗ ਸੀ ਚਮਕੌਰ ਦੀ ਗੜੀ ਦੀ ਜੰਗ ਜਿਹੜੀ ਪੰਨਿਆਂ ਦੇ ਵਿੱਚ ਵੀ ਉਸ ਤੋਂ ਵੱਡੀ ਜੰਗ ਅੱਜ ਤੱਕ ਕੋਈ ਨਹੀਂ ਹੋ ਸਕੀ ਪਰ ਮੈਂ ਉਮੀਦ ਕਰਦਾ ਇਸ ਇਤਿਹਾਸ ਤੋਂ ਅੱਜ ਵੀ ਕਈ ਲੋਕ ਜਿਹੜੇ ਨੇ ਉਹ ਬਹੁਤ ਦੂਰ ਨੇ ਮਿਲੋ ਮਿਲੋ ਦੂਰ ਨੇ ਜਾਣਦੇ ਹੀ ਨਹੀਂ ਕਿ ਪੰਜ ਪਿਆਰੇ ਦੇ ਨਾਂ ਕੀ ਨੇ ਜਾਣਦੇ ਨਹੀਂ ਕਿ ਚਾਰ ਸਾਬਜਾਦੇ ਦੇ ਨਾਂ ਕੀ ਨੇ ਪਰ ਮੈਂ ਚਾਹੁੰਨਾ ਕਿ ਇਹ ਵੀਡੀਓ ਪਰਿਵਾਰ ਸਮੇਤ ਉਨ੍ਹਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਵੱਤ ਤੋਂ ਵੱਤ ਜਿਹੜੇ ਸਨੇਹ ਨੇ ਵੱਤ ਤੋਂ ਵੱਤ ਜਿਹੜੀ ਸਾਡੀ ਸਾਡੀ ਜੜਾ ਨੇ ਸਾਡੀ ਹਿਸਟਰੀ ਹੈ ਉਹਨਾਂ ਬਾਰੇ ਬੱਚਿਆਂ ਨੂੰ ਪਤਾ ਲੱਗ ਸਕਦੇ ਹਾਂ ਉਮੀਦ ਕਰਦਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋਗੇ ਐਸੀਆਂ ਹੋਰ ਵੀਡੀਓਸ ਹਮੇਸ਼ਾ ਹਮੇਸ਼ਾ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਲੰਦਉ ਦੀ ਇਜਾਜ਼ਤ ਤੇ ਵਿਗਦਰਪ ਪੰਜਾਬ نیوز ਧੰਨਵਾਦ